ਮਾਨਸਾ ਜ਼ਿਲ੍ਹੇ ਦੀ ਇਨਕਲਾਬੀ ਧਰਤੀ ਦੇ ਲੋਕ ਮਾਨਸਾ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਦੀ ਧਰਤੀ ਬੜੇ ਬੜੇ ਲੇਖਕਾਂ ਦੀ ਬੜੇ ਬੜੇ ਪਹਿਲਵਾਨਾਂ ਦੀ ਖਿਡਾਰੀਆਂ ਦੀ ਧਰਤੀ ਮਾਨਸਾ ਮੈਂ ਸੱਚਾ ਕਰਦਾ ਬਹੁਤ ਹੀ ਛੋਟਾ ਜਿਹਾ ਫੰਕਸ਼ਨ ਰੱਖਿਆ ਕਿਉਂਕਿ ਇਹ ਕੋਈ ਖੁਸ਼ੀ ਦਾ ਫੰਕਸ਼ਨ ਨਹੀਂ ਹੈਗਾ ਇੱਥੇ ਥੋੜਾ ਜਿਹਾ ਦੁੱਖਾਂ ਨੂੰ ਵੰਡਾਇਆ ਜਾ ਰਿਹਾ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਲਈ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਥੇ ਕੋਈ ਸ਼ਕ ਮੈਂ ਕਿਸੇ ਚੁਗਲੀ ਕਰਨ ਨਹੀਂ ਆਇਆ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਜ ਉਹਨਾਂ ਕਿਸਾਨ ਵੀਰਾਂ ਲਈ ਜਿਨ੍ਹਾਂ ਨੂੰ ਆਪਣੀਆਂ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਘਰੇ ਲਿਆਉਣ ਦਾ ਜਾਂ ਮੰਡੀ ਚ ਲਿਜਾਣ ਦਾ ਮੌਕਾ ਨਹੀਂ ਮਿਲਿਆ ਅੱਜ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਜਿਹੜੀ ਰਕਮ ਜਾਰੀ ਕੀਤੀ ਹੈ ਉਹ ਵੰਡਣ ਆਏ ਆ ਵੀਰੋ ਦੇਸ਼ ਹੈ ਤੇ ਉਹਦਾ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਧਮ ਵਪਾਰ ਨਿਖਿੱਧ ਚਾਖਰੀ ਖੇਤੀ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਸੀ ਵਪਾਰ ਨੂੰ ਮੱਧਮ ਰੱਖਿਆ ਗਿਆ ਸੀ ਨੌਕਰੀ ਕਰਨ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਸੀ ਪਰ ਇਹ ਸਿਸਟਮ ਨੇ ਸਮਿਆਂ ਦੀਆਂ ਸਰਕਾਰਾਂ ਨੇ ਬਿਲਕੁਲ ਉਲਟਾ ਕਰਤਾ ਅੱਜ ਅਸੀਂ ਚਾਕਰੀ ਕਰਨ ਵਾਸਤੇ ਆਪਣੀ ਜ਼ਮੀਨ ਵੇਚਣ ਨੂੰ ਤਿਆਰ ਹਾਂ ਜਿਹੜੀ ਚੀਜ਼ ਪਹਿਲੇ ਨੰਬਰ ਤੇ ਸੀ ਉਹਨੂੰ ਵੇਚ ਕੇ ਤੀਜੇ ਨੰਬਰ ਵਾਲੀ ਜਿਹੜੀ ਗੁਰੂ ਸਾਹਿਬ ਨੇ ਕਹੀ ਸੀ ਉਹ ਲੈਣ ਨੂੰ ਤਿਆਰ ਹਾਂ ਇਹ ਕਿਉਂ ਹੋਇਆ ਕਿਉਂਕਿ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਸਿਰਫ ਆਪਦੇ ਹੀ ਘਰ ਭਰੇ ਕਈ ਨਹਿਰਾਂ ਕਈ ਸੂਏ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੇ ਆ ਸੋ ਇਹਨਾਂ ਲਈ ਤਾਂ ਖੇਤੀ ਬਹੁਤ ਲਾਹੇਵੰਦ ਧੰਦਾ ਹੈ ਤੇ ਅਸੀਂ ਕੱਸੀ ਦੇ ਮੋਗੇ ਪਿੱਛੇ ਸੂਏ ਦੇ ਮੋਗੇ ਪਿੱਛੇ ਕਤਲ ਕਰੀ ਜਾਂਦੇ ਹਾਂ ਜਿਹਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਛਲੀ ਵਾਰ ਚਿੱਟੀ ਸੁੰਡੀ ਸੀ ਉਹਨੇ ਨੁਕਸਾਨ ਕੀਤਾ ਅਸੀਂ ਬਹੁਤ ਸਾਰੇ ਘਰਾਂ 'ਚ ਜਾ ਕੇ ਵੀ ਆਏ ਸੀ ਉਹ ਨੁਕਸਾਨ ਵਾਸਤੇ ਕਿਸਮਤ ਜ਼ਿੰਮੇਦਾਰ ਨਹੀਂ ਹੈਗੀ ਸਾਡੀ ਜਿਨ੍ਹਾਂ ਨੇ ਨਕਲੀ ਬੀਜ ਤੇ ਨਕਲੀ ਸਪਰੇਹਾਂ ਦੀਆਂ ਡੀਲਾਂ ਕੀਤੀਆਂ ਉਹ ਜ਼ਿੰਮੇਦਾਰ ਨੇ ਕਿੰਨਿਆਂ ਘਰਾਂ ਦੇ ਵਿੱਚ ਚਿੱਟੀ ਸੁੱਡੀ ਨੇ ਚਿੱਟੇ ਸੱਥਰ ਵਿਛਾਏ ਚਿੱਟੀ ਸੁੱਡੀ ਕਰਕੇ ਕਿੰਨੀਆਂ ਮਾਵਾਂ ਭੈਣਾਂ ਦੀਆਂ ਚਿੱਟੀਆਂ ਚੁੰਨੀਆਂ ਹੋ ਗਈਆਂ ਰੰਗਲੀਆਂ ਤੋਂ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਸਾਨੂੰ ਨਕਲੀ ਬੀਜ ਤੇ ਨਕਲੀ ਸਪਰੇਹਾਂ ਦਿੱਤੀਆਂ ਬਿਲਕੁਲ ਇਸੇ ਤਰ੍ਹਾਂ ਇੱਥੇ ਹੈ ਅਸੀਂ ਤਾਂ ਆਪਣੇ ਵੱਲੋਂ ਮਿਹਨਤ ਚ ਕੋਈ ਕਮੀ ਨਹੀਂ ਛੱਡਦੇ ਸੱਪਾਂ ਦੀਆਂ ਸਿਰੀਆਂ ਮਿਲਦੇ ਆ ਪਰ ਪਤਾ ਲੱਗਦਾ ਹੈ ਕਿ ਸਾਡੀ ਫਸਲ ਦੇ ਤਾਂ ਸੌਦੇ ਪਹਿਲੇ ਹੀ ਹੋਣਗੇ ਉਹ ਤਾਂ ਲੈ ਗਏ ਕਰੋੜਾਂ ਰੁਪਈਏ ਉਹਨਾਂ ਦੀ ਵੀ ਜਾਂਚ ਕਰਾਂਗੇ ਕਿ ਉਹ
ਕਿੰਨੇ ਕੁ ਕਰੋੜਾਂ ਰੁਪਈਏ ਚਿੱਟੀਆਂ ਸੁੰਡੀਆਂ ਜਾਂ ਫਿਰ ਪਿੰਕ ਸੁੰਡੀਆਂ ਦੇ ਨਾਮ ਤੇ ਖਾਦੇ ਗਏ ਨੇ, ਜਾਂਚ ਹੋਊਗੀ। ਜਿਹੜੇ ਪੈਸੇ ਆਪਣੀਆਂ ਜੇਬਾਂ ਚੋਂ ਗਏ ਨੇ ਉਹਨਾਂ ਨੂੰ ਵਾਪਸ
ਅੱਜ ਕੱਲ ਹੀ ਫੈਸਲਾ ਕੀਤਾ ਹੈ ਉਸੇ ਨਾਲ ਹੀ ਸਾਰੇ ਮੁਲਕ ਚ ਡਿਬੇਟ ਚਲੀ ਜਾਂਦੀ ਹੈ ਅੱਠ ਅੱਠ ਪੈਨਸ਼ਨਾਂ ਨੌ ਨੌ ਪੈਨਸ਼ਨਾਂ ਟੱਬਰ ਨੂੰ ਪੈਨਸ਼ਨ ਇਲਾਜ ਮੁਫ਼ਤ ਰੇਲ ਗੱਡੀ ਮੁਫ਼ਤ ਜਹਾਜ਼ਾਂ ਦੇ ਸਫ਼ਰ ਕੀ ਗੱਲ ਵੀ ਅਸੀਂ ਕਾਰਡ ਪਾ ਕੇ ਬੁਲਾਇਆ ਸੀ ਐਮ ਐਲ ਏ ਵਾਂਗੂ ਆਪ ਬਣੇ ਸੀ ਨਾ ਬਣੋ ਕੋਈ ਹੋਰ ਕੰਮ ਕਰ ਲਓ ਸੋ ਵੀਰੋ ਇਹ ਜਿਹੜੀਆਂ ਖਜ਼ਾਨੇ ਨੂੰ ਸੰਗਲੀਆਂ ਮਾਰੀਆਂ ਹੋਈਆਂ ਇਹਨਾਂ ਨੇ ਖੋਲਣੀਆਂ ਨੇ ਤੇ ਫਿਰ ਖਜ਼ਾਨਾ ਤੁਹਾਡੇ ਵਾਸਤੇ ਖੋਲਣਾ ਰੱਬ ਨਾ ਕਰੇ ਕੋਈ ਏਦਾਂ ਦਾ ਫਸਲਾਂ ਦਾ ਨੁਕਸਾਨ ਹੋਵੇ ਅਗਲੀ ਵਾਰ ਤੋਂ ਗੁਰਦੌੜੀਆਂ ਬਾਹਰ ਚੁਗਦੀਆਂ ਰਹਿਣਗੀਆਂ ਬਾਕੀ ਸਭ ਬਾਹਰ ਚੁਗਦਾ ਰਹੂਗਾ ਜਿਵੇਂ ਦਿੱਲੀ ਦੇ ਵਿੱਚ ਹੁੰਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਦੀ ਹੈ ਪਹਿਲਾਂ 20,000 ਏਕੜ ਦਾ ਉਹ ਪੈਸੇ ਦੇ ਦਿੰਦੇ ਹੈ ਪਹਿਲਾਂ ਆਹ ਲਓ ਗੁਰਦੌੜੀਆਂ ਬਾਹਰ ਚੁਗਦੀਆਂ ਰਹਿਣਗੀਆਂ ਦੇ ਦਿਓ ਕਰਾਂਗੇ ਇਸ ਤਰ੍ਹਾਂ ਦੇ ਸਿਸਟਮ ਇਸੇ ਕਰਕੇ ਸਾਡੇ ਧੀਆਂ ਪੁੱਤ ਭੱਜ ਰਹੇ ਆ ਬਾਹਰ ਨੂੰ ਕਿ ਉਹਨੇ ਕੁਛ ਨੀ ਹੈਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰੂ ਸਾਹਿਬ ਨੇ ਹਵਾ ਨੂੰ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਤੁਸੀਂ ਦੱਸ ਦਿਓ ਆਪਾਂ ਤਿੰਨੋਂ ਦਰਜੇ ਕਾਇਮ ਰੱਖ ਲਈ ਹਵਾ ਆਪਣੀ ਜ਼ਹਿਰੀਲੀ ਹੋ ਗਈ ਪਾਣੀ ਆਪਣਾ ਕੈਮੀਕਲ ਵਿੱਚ ਪੈ ਗਏ ਕੈਮੀਕਲ ਪੈ ਗਏ ਪਾਣੀ ਆਪਣਾ ਜ਼ਹਿਰੀਲਾ ਹੋ ਗਿਆ ਸਪਰੇਆਂ ਕਰ ਕਰਕੇ ਧਰਤੀ ਵੀ ਆਪਾਂ ਜ਼ਹਿਰੀਲੀ ਕਰ ਗਏ ਸੋ ਵੀਰੋ ਇਹ ਕੁਛ ਪਿੰਡਾਂ ਦੇ ਕੁਛ ਕਿਸਾਨ ਨੇ ਜਿੰਨਾ ਵੀ ਬਾਕੀ ਦਾ 101 ਕਰੋੜ ਜਾਰੀ ਹੋਇਆ ਜਿੰਨੇ ਵੀ ਹੋਰ ਪਿੰਡ ਨੇ ਕਿਉਂਕਿ ਬੈਂਕ ਤਾਂ ਜਿਹੜੀ ਜਾਂਦੀ ਆ ਅੱਗੇ ਤੱਕ ਤੁਹਾਡੇ ਖਾਤਿਆਂ ਚ ਆਜੂਗਾ ਪੈਸਾ ਜਾਂ ਤੁਸੀਂ ਸਾਡੇ ਕਿਸੇ ਐਮ ਐਲ ਏ ਨਾਲ ਸੰਪਰਕ ਕਰ ਲਓ ਜੇ ਕੋਈ ਦਿੱਕਤ ਆਉਂਦੀ ਹੈ ਖਾਤਾ ਜਾਂ ਕਈ ਵਾਰੀ ਖਾਤਾ ਪੁਰਾਣਾ ਹੁੰਦਾ ਨਹੀਂ ਚੱਲਦਾ ਜਾਂ ਹੋਰ ਜੇ ਕੋਈ ਤੁਹਾਤੋਂ ਉਹ ਚੈੱਕ ਦੇਣ ਦਾ ਕਮਿਸ਼ਨ ਮੰਗਦਾ ਹੈ ਤਾਂ ਫਿਰ ਤੁਹਾਡੇ ਕੋਲ ਇੱਕ ਫੋਨ ਨੰਬਰ ਹੈ ਉਹ ਵੀ ਯਾਦ ਰੱਖ ਲਿਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਜਿਹੜਾ ਤੁਸੀਂ ਸਾਨੂੰ ਫਤਵਾ ਦਿੱਤਾ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਤਲਬ ਐਂ ਲੱਗਦਾ ਸੀਗਾ ਵੀ ਜਿੰਨੀ ਵਾਰੀ ਵੀ ਮੈਂ ਮਾਨਸਾ ਚਾਹੁੰਦਾ ਸੀ ਐਂ ਲੱਗਦਾ ਸੀ ਕਿ ਇਸ ਤੋਂ ਬਾਅਦ ਤਾਂ ਘੱਟ ਕੀ ਹੋਊਗਾ ਹੁਣ ਪਰ ਅਗਲੀ ਵਾਰ ਤੁਸੀਂ ਆਪਣੇ ਰਿਕਾਰਡ ਆਪ ਤੋੜ ਦਿੰਦੇ ਸੀ ਸੋ ਮੈਂ ਪੂਰੀ ਸਰਕਾਰ ਵੱਲੋਂ ਤੁਹਾਨੂੰ ਯਕੀਨ ਦਵਾਉਣਾ ਲੋਕ ਨਹੀਂ ਮਾਰੇ ਲੋਕ ਬਹੁਤ ਦੇਸ਼ ਭਗਤ ਨੇ ਲੋਕ ਬਹੁਤ ਇਮਾਨਦਾਰ ਨੇ ਪਰ ਸਿਸਟਮ ਜਿਹੜਾ ਉਹਨੇ ਬਹੁਤ ਸਾਰੇ ਲੋਕਾਂ ਨੂੰ ਵੀ ਉਹਨਾਂ ਦੇ ਜਿਹੜੇ ਦਾਮਨ ਨੇ ਉਹ ਲਪੇਟ ਰੱਖੇ ਨੇ ਸਿਸਟਮ ਨੂੰ ਠੀਕ ਕਰਨ 'ਚ ਥੋੜ੍ਹਾ ਟਾਈਮ ਲੱਗ ਜੂਗਾ ਇਹ ਨਾ ਸੋਚ ਲਿਓ ਕਿ ਅੱਜ ਹੀ ਅੰਬ ਦੀ ਗੁਟਲੀ ਦੱਬੀ ਤੇ ਸ਼ਾਮ ਨੂੰ ਗੁਟਲੀ ਪੱਟ ਕੇ ਦੇਖੀ ਵੀ ਅੰਬ ਤਾਂ ਲੱਗੇ ਹੀ ਥੋੜ੍ਹਾ ਜਿਹਾ ਟਾਈਮ ਦੇ ਦਿਓ ਸਾਰੇ ਕੰਮ ਹੋਈ ਜਾਣਗੇ ਤੇ ਮੀਡੀਆ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀਆਂ ਗੱਲਾਂ ਨੂੰ ਸਾਡੇ ਐਲਾਨਾਂ ਨੂੰ ਤੁਹਾਡੀਆਂ ਸ਼ਿਕਾਇਤਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਪਰ ਕਈ ਵਾਰੀ ਨਾ ਪਹਿਲਾਂ ਖਬਰ ਦਿਖਾਉਣ ਦੇ ਚੱਕਰਾਂ 'ਚ ਕਈ ਵਾਰੀ ਬਿਨਾਂ ਤੱਥਾਂ ਕੋਈ ਖਬਰ ਆ ਜਾਂਦੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਪ੍ਰਚਾਰ ਰੱਖਿਆ ਕਰੋ ਜਿਵੇਂ ਕੱਲ੍ਹ ਕਹੀ ਜਾਂਦੇ ਸੀ ਕਹਿੰਦੇ ਦਿੱਲੀ ਦੇ ਐਮ ਐਲ ਏ ਦੀ ਤਨਖਾਹ 2.5 ਲੱਖ ਹੈ ਉਹ ਕੋਈ ਲੀਡਰ ਕਹੀ ਜਾਂਦਾ ਸੀ ਕਾਂਗਰਸੀ ਕਿਉਂ ਪਹਿਲਾਂ ਉੱਥੇ ਘੱਟ ਕਰੋ ਮੈਂ ਦੱਸਣਾ ਚਾਹੁੰਦਾ ਦਿੱਲੀ ਦੇ ਐਮ ਐਲ ਏ ਦੀ ਤਨਖਾਹ ਜਿਹੜੀ ਬੇਸਿਕ ਪੇ ਹੈ 12,000 ਹੈ ਭੱਤੇ ਪਾ ਕੇ 53,000 ਮਿਲਦਾ ਹੈ ਅਤੇ ਜਿਹੜੇ ਐਮ ਐਲ ਏ ਨਹੀਂ ਐਮ ਐਲ ਏ ਰਹੇ ਉਹਨਾਂ ਦੀ ਪੈਨਸ਼ਨ 7,200 ਰੁਪਈਏ ਇਹ ਨੋਟ ਕਰ ਲਿਆ ਸੋ ਵੀਰੋ ਆਪਾਂ
ਪੰਜਾਬ ਦੀ ਲੜਾਈ ਲੜ ਰਹੇ ਹਾਂ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਹੁਣ ਪੰਜਾਬ ਦੀ ਉੱਠਣ ਦੀ ਵਾਰੀ ਹੈ। ਅੰਗਰਾਜ਼ੀ ਜੀ ਤਾਂ 10 ਦਿਨਾਂ 'ਚ ਹੀ ਲੈ ਲਈ ਤੇ ਹੁਣ ਪੰਜਾਬ ਉੱਠੂਗਾ ਤੇ ਜਦੋਂ ਪੰਜਾਬ ਉੱਠਿਆ ਸਾਰੀ ਦੁਨੀਆ ਦੇਖੂਗੀ। ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਲਾਈਨਾਂ ਨੇ, ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ। ਜਿਹੜਾ ਮੁੰਦਰੀ 'ਚ ਨਗ ਹੁੰਦਾ ਨਾ ਉਹ ਪੰਜਾਬ ਹੈ, ਪਰ ਬਦਕਿਸਮਤੀ ਨਾਲ ਪਿਛਲੇ ਕਈ ਸਾਲਾਂ ਤੋਂ ਨਿਕੰਮੀਆਂ ਸਰਕਾਰਾਂ ਕਰਕੇ ਉਹ ਨਗ ਦੀ ਚਮਕ ਫਿੱਕੀ ਪਈ ਸੀ। ਇਹਨੂੰ ਫਿਰ ਪਾਲਿਸ਼ ਕਰਾਂਗੇ ਇਮਾਨਦਾਰੀ ਨਾਲ, ਪਾਰਦਰਸ਼ਤਾ ਨਾਲ ਇਹਨੂੰ ਪਾਲਿਸ਼ ਕਰਕੇ ਇਹ ਨਗ ਨੂੰ ਪੂਰੀ ਦੁਨੀਆ ਦੇ ਵਿੱਚ ਦਿਖਾਵਾਂਗੇ। ਬਾਕੀ ਤੁਸੀਂ ਇਕੱਲਾ ਇਕੱਲਾ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਔਰ ਮੈਂ ਮਾਵਾਂ ਭੈਣਾਂ ਬੱਚੇ ਬਜ਼ੁਰਗ ਜਿੰਨੇ ਵੀ ਆਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੇ ਲਈ ਹਾਂ, ਤੁਸੀਂ ਸਾਨੂੰ ਚੁਣਿਆ, ਤੁਸੀਂ ਆਪਣੀ ਸਰਕਾਰ ਚੁਣੀ ਹੈ ਤੇ ਕਦੇ ਵੀ ਕੋਈ ਕੰਮ ਕਿਸੇ ਕਿਸਮ ਦਾ ਹੋਵੇ ਸਾਡੇ ਕਿਸੇ ਵਲੰਟੀਅਰ ਨੂੰ, ਸਾਡੇ ਵਰਕਰ ਨੂੰ, ਤੁਹਾਡੇ MLA ਨੂੰ, ਆਹ ਇਲਾਕਾ ਤਾਂ MLA ਨਾਲ ਹੀ ਭਰਿਆ ਹੋਇਆ ਆਪਣਾ, ਆਹ ਤਾਂ ਸਾਫ ਹੀ ਹੈ ਕੰਮ ਨੂੰ, ਤੁਸੀਂ ਜਿੱਥੇ ਮਰਜ਼ੀ ਚਲੇ ਜਾਇਓ। ਕੋਈ ਏਦਾਂ ਦੀ ਗੱਲ ਨਹੀਂ ਕਿ ਤੂੰ ਮੇਰੇ ਹਲਕੇ ਦਾ ਨਹੀਂ ਹੈਗਾ ਜਾਂ ਤੂੰ ਮੈਨੂੰ ਵੋਟ ਨਹੀਂ ਪਾਈ। ਅਸੀਂ ਉਸ ਕਿਸਮ ਦੀ ਰਾਜਨੀਤੀ ਨਹੀਂ ਕਰਨੀ ਜਿਵੇਂ ਇਹ ਕਰਦੇ ਆ ਦੂਜੇ ਕਿ ਐਸ ਗਲੀ ਚੋਂ ਝਾੜੂ ਵਾਲਿਆਂ ਨੂੰ ਵੱਧ ਵੋਟਾਂ ਪੈ ਗਈਆਂ, ਦੋ ਕੁੜੀਆਂ ਹੀ ਪੱਟ ਦਿਓ, ਕੁੜੀਆਂ ਹੀ ਪੱਟ ਦਿੰਦੇ ਸੀ। ਅਸੀਂ ਉਹ ਕੰਮ ਨਹੀਂ ਕਰਨਾ ਜਿਹਨਾਂ ਨੇ ਨਹੀਂ ਵੀ ਵੋਟਾਂ ਪਾਈਆਂ, ਉਹਨਾਂ ਦੇ ਵੀ ਮੈਂ ਮੁੱਖ ਮੰਤਰੀ ਹਾਂ, ਉਹਨਾਂ ਦੀ ਵੀ ਸਰਕਾਰ ਜਿਹੜੀ ਹੈ ਉਹਨਾਂ ਹੀ ਹਿੱਸਾ ਸਰਕਾਰ 'ਚ ਜਿਹਨਾਂ ਨੂੰ ਪਾਰਟੀਆਂ ਨਾਲ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ, ਬਹੁਤ ਸਾਰਾ ਧੰਨਵਾਦ। ਫਿਰ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।